ਤੁਸੀਂ ਆ ਸ਼ਾਂਤੀ ਦੀ ਗੱਲ ਕੀਤੀ ਤੇ ਦੁਸ਼ਮਣ ਦੀ ਗੱਲ ਕੀਤੀ ਇਸ ਤੋਂ ਮੈਨੂੰ ਯਾਦ ਆਉਂਦਾ ਹੈ ਅਮਰਿਤਪਾਲ ਦੀ ਐਂਟਰੀ ਹੁੰਦੀ ਹੈ ਪੰਜਾਬ ਦੇ ਵਿੱਚ ਤੇ ਪੰਜਾਬ ਦਾ ਯੂਥ ਅਮਰਿਤਪਾਲ ਦੇ ਮਗਰ ਲੱਗਿਆ ਨਜ਼ਰ ਆ ਰਿਹਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪੰਜਾਬ ਸੂਬਾ ਸਾਡਾ ਬੜਾ ਵਧੀਆ ਉਸ ਗੁਰੂ ਪੀਰਾਂ ਦੀ ਧਰਤੀ ਆ ਸਾਡੇ ਲੋਕਾਂ ਨੂੰ ਪ੍ਰਮਾਤਮਾ ਤੇ ਬੜਾ ਵਿਸ਼ਵਾਸ ਆ ਲੇਕਿਨ ਸਾਡੀ ਨੌਜਵਾਨੀ ਵਾਸਤੇ ਅੱਜ ਦੱਸੋ ਸਰਕਾਰ ਪੱਕੀ ਆ ਨਸ਼ਾ ਤੁਸੀਂ ਆ ਸ਼ਾਂਤੀ ਦੀ ਗੱਲ ਕੀਤੀ ਤੇ ਦੁਸ਼ਮਣ ਦੀ ਗੱਲ ਕੀਤੀ ਇਸ ਤੋਂ ਮੈਨੂੰ ਯਾਦ ਆਉਂਦਾ ਹੈ ਅਮਰਿਤਪਾਲ ਦੀ ਐਂਟਰੀ ਹੁੰਦੀ ਹੈ ਪੰਜਾਬ ਦੇ ਵਿੱਚ ਤੇ ਪੰਜਾਬ ਦਾ ਯੂਥ ਅਮਰਿਤਪਾਲ ਦੇ ਮਗਰ ਲੱਗਿਆ ਨਜ਼ਰ ਆ ਰਿਹਾ ਹੈ ਤੇ ਤੁਸੀਂ ਕਿਵੇਂ ਦੇਖਦੇ ਹੋ ਅਮਰਿਤਪਾਲ ਨੂੰ ਕਿਉਂ ਪੰਜਾਬ ਲਿਆਉਂਦਾ ਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪੰਜਾਬ ਸੂਬਾ ਸਾਡਾ ਬੜਾ ਵਧੀਆ ਉਸ ਗੁਰੂ ਪੀਰਾਂ ਦੀ ਧਰਤੀ ਆ ਸਾਡੇ ਲੋਕਾਂ ਨੂੰ ਪ੍ਰਮਾਤਮਾ ਤੇ ਬੜਾ ਵਿਸ਼ਵਾਸ ਆ ਲੇਕਿਨ ਸਾਡੀ ਨੌਜਵਾਨੀ ਵਾਸਤੇ ਅੱਜ ਦੱਸੋ ਸਰਕਾਰ ਪਾ ਕੀ ਆ ਨਸ਼ਾ ਅੱਜ ਨੌਜਵਾਨ ਨਸ਼ੇ ਨਾਲ ਮਰ ਰਿਹਾ ਕਾਰਨ ਕੀ ਆ ਸਾਡੇ ਬੱਚੇ ਡਿਗਰੀਆਂ ਕਰ ਲੈਂਦੇ ਨੇ ਜਿਹੜਾ ਪੈਸਾ ਉਹ ਲਾ ਲੈਂਦੇ ਨੇ ਉਹ ਤੋਂ ਬਾਅਦ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਕੋਈ ਵਪਾਰ ਨਹੀਂ ਮਿਲਦਾ ਇਹ ਸਰਕਾਰ ਦੀ ਜ਼ਿੰਮੇਵਾਰੀ ਜਿਹੜੀ ਫ੍ਰੀ ਫ੍ਰੀ ਦੇ ਰਹੇ ਨੇ ਫ੍ਰੀ ਬਿਜਲੀ ਦੇਤੀ ਫ੍ਰੀ ਤੁਹਾਨੂੰ ਲਾਈਟ ਉਹ ਪਾਣੀ ਦੇਤਾ ਤੁਹਾਨੂੰ ਬੱਸਾਂ ਚ ਲੇਡੀਜ਼ ਨੂੰ ਫ੍ਰੀ ਦੇਤਾ ਉਹ ਪੰਜਾਬ ਸੂਬੇ ਦੇ ਨੌਜਵਾਨਾਂ ਚ ਨਹੀਂ ਤਾਕਤ ਹੈ ਅਸੀਂ ਕੰਮ ਕਰਕੇ ਆਪਣਾ ਹਿੱਸਾ ਲੈ ਸਕਦੇ ਨੇ ਆਪਣਾ ਗੁਜ਼ਾਰਾ ਕਰ ਸਕਦੇ ਨੇ ਸਾਨੂੰ ਫ੍ਰੀ ਦੀਆਂ ਚੀਜ਼ਾਂ ਨਹੀਂ ਚਾਹੀਦੀਆਂ ਸਾਨੂੰ ਵਪਾਰ ਚਾਹੀਦਾ ਸਾਨੂੰ ਕੰਮ ਚਾਹੀਦਾ ਸਾਡੇ ਨੌਜਵਾਨਾਂ ਚੰਦੀ ਤਾਕਤ ਹੈ ਇਹ ਸਾਨੂੰ ਨੁਕਸਕ ਨਾ ਬਣਾਓ ਫਰੀਦਿਆਂ ਹੱਤਾਂ ਪਾ ਕੇ ਉਹ ਪੈਸਾ ਕਿਦਾ ਫਿਰ ਸਾਡਾ ਸਰਕਾਰ ਆ ਤਾਂ ਆਪਣੇ ਪੱਲੇ ਤੇ ਭਗਵੰਤਾਨ ਜੀ ਦੇ ਰਹੇ ਨੇ ਫਿਰ ਤਾਂ ਅਸੀਂ ਵੀ ਫਰੀ ਚੀਜ਼ਾਂ ਲਵਾਂਗੇ ਪਰ ਸਾਡੀ ਜੁੱਤੀ ਸਾਡਾ ਸਨ ਨਾ ਕਰੋ ਸਾਡੇ ਨੌਜਵਾਨਾਂ ਨੂੰ ਨੌਕਰੀ ਦੀ ਲੋੜ ਆ ਕੰਮ ਦੀ ਲੋੜ ਆ ਸਾਡਾ ਪੰਜਾਬ ਦੇ ਗੱਭਰੂ ਕੰਮ ਕਰਨਾ ਜਾਂਦੇ ਨੇ ਜਦੋਂ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਉਹਨਾਂ ਅਮਰਤਪਾਲ ਆਇਆ ਇੱਕ ਨਵੀਂ ਚੀਜ਼ ਲੈ ਕੇ ਆਇਆ ਤਾਂ ਨੌਜਵਾਨ ਕਰਨ ਕੀ ਵੇਲ ਉਹ ਕੰਮ ਲੱਗੇ ਆਪਣੀਆਂ ਗੱਡੀਆਂ ਟਰੈਕਟਰ ਨਾਲ ਗੁਰਦੁਆਰਾ ਸਾਹਿਬ ਤੋਂ ਫ੍ਰੀ ਲੰਗਰ ਆ ਜਾਂਦਾ ਏ ਉਹਨਾਂ ਦੇ ਨਾਲ ਤੁਰੇ ਰਹੋ ਬੱਲੇ ਬੱਲੇ ਕਰੀ ਜਾਓ ਠੀਕ ਆ ਉਹਨਾ ਵਧੀਆ ਕੰਮ ਅਮਰਦਤ ਲੋਕਾਂ ਨੂੰ ਸ਼ਿਕਾਇਆ ਕਿ ਆ ਪਹਿਲਾਂ ਨਹੀਂ ਤਾਂ ਅਮਰਦਤ ਛੱਕਦੇ ਐਗਰੀ ਕਰਦੇ ਹੋ ਮਤਲਬ ਤੁਸੀਂ ਅਮਰਿਤਪਾਲ ਚੰਗਾ ਕੰਮ ਕਰ ਰਹੇ ਹੋ ਪੰਜਾਬ ਜਿੱਥੇ ਕਾਣਾ ਕਿਹੜਾ ਗਲਤ ਕੰਮ ਹੋਇਆ ਜਦੋਂ ਅੰਨੇ ਆਰੇ ਵਿੱਚ ਕਾਣਾ ਰਾਜਾ ਜਦ ਸਾਡੇ ਸੁਬੇ ਦੇ ਵਿੱਚ ਨੌਜਵਾਨਾਂ ਦਾ ਕੋਈ ਕੰਮੇ ਨਹੀਂ ਆ ਉਹ ਜਿਹੜਾ ਬੰਦਾ ਆ ਗਿਆ ਉਹ ਮੈਨੂੰ ਲੱਗੇ ਸਰਕਾਰ ਵਧੀਆ ਕਾਰਗੁਜ਼ਾਰੀ ਕਰਨ ਲੋਕ ਸਰਕਾਰ ਦੀ ਬੱਲੇ ਬੱਲੇ ਕਰਨਗੇ ਨੌਜਵਾਨ ਹੋਣਾ ਨਾਲ ਜਾਣਗੇ ਮੇਰਾ ਕਹਿਣ ਦਾ ਪਾਵਾ ਕੋਈ ਪੋਲਿਸੀ ਨਹੀਂ ਆ ਪੰਜਾਬ ਸਰਕਾਰ ਦਾ ਜਿਹਦੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਨੂੰ ਕੰਮ ਵਿੱਚ ਬਿਜ਼ੀ ਕਰਿਆ ਜਾਵੇ ਬੇਲੇ ਰਹਿ ਕੇ ਅੱਜ ਅਸੀਂ ਗੱਲ ਕਰਦੇ ਜਿਹੜੀ ਫੀਮ ਦੀ ਗੱਲ ਕਰਦੇ ਆ ਤੁਸੀਂ ਤੁਸੀਂ ਕਹਿੰਦੇ ਉਹ ਨਸ਼ਾ ਹੈ ਮੈਂ ਪੁੱਛਣਾ ਚਾਹੁੰਦਾ ਰਾਜਸਥਾਨ ਦੀ ਹਸਤ ਲੋ ਪੰਜਾਬ ਦੀ ਹਸਤ ਲੋ ਪੰਜਾਬ ਚ ਨਸ਼ਾ ਹੈ ਰਾਜਸਥਾਨ ਦਾ ਇੱਕ ਵਕਰਾ ਡੈਮੋਕਰੈਟਿਕ ਸੈਟਅਪ ਹੈ ਪੰਜਾਬ ਦਾ ਇੱਕ ਵਕਰਾ ਵਕਰਾ ਤਰ੍ਹਾਂ ਦਾ ਸੂਬਾ ਪੰਜਾਬ ਨਹੀਂ ਸਾਡੇ ਸਟੇਟਾਂ ਨਾਲ ਲੱਗਦੀਆਂ ਨਹੀਂ ਸਾਡੇ ਦੇਸ਼ 'ਚ ਦੋ ਕਾਨੂੰਨ ਚਾਹੀਦੇ ਨੇ ਜੀ ਦੋ ਕਾਨੂੰਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਕਰ ਰਿਹਾ ਵੀ ਪੰਜਾਬ ਨੂੰ ਪਹਿਲੇ ਇਨਸ਼ੇਲੀ ਬਦਨਾਮ ਕੀਤਾ ਜਾਂਦਾ ਛੋਡੇ ਵੱਲੋਂ ਗਵਰਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਂਦਾ ਕਿ ਪੰਜਾਬ 'ਚ ਅਫੀਮ ਦੀ ਖੇਤੀ ਲਾਗੂ ਕੀਤੀ ਜਾਵੇ ਬਿਲਕੁਲ ਮੈਂ ਅੱਜ ਵੀ ਕਹਿੰਦਾ ਪੰਜਾਬ ਦੇ ਵਿੱਚ ਫੀਮ ਦੀ ਖੇਤੀ ਖਸਖਸ ਦੀ ਖੇਤੀ ਕਿਉਂਕਿ ਸਭ ਤੋਂ ਪਹਿਲਾਂ بڑا ਫਾਇਦਾ ਦੇਖੋ 1 ਏਕੜ 'ਚੋਂ 30 ਲੱਖ ਰੁਪਏ ਇੱਕ ਸਾਲ ਦਾ ਪ੍ਰੋਫਿਟ ਆ ਮਨ ਦੱਸੋ ਔਰ ਕਿਹੜੀ ਗੱਲ ਜਿਹੜਾ ਪੰਜਾਬ ਦਾ ਯੂਥ ਅਫੀਮ ਖਾ ਕੇ ਨਸ਼ੇੜੀ ਬ ਪਾਂਦੇ ਮੇਵਾਰ ਹੋਇਆ ਈਮ ਦੇ ਨਾਲ ਕੋਈ ਮਰਿਆ ਨਹੀਂ ਅਜੇ ਤੱਕ ਜੀ ਜਿਹੜੇ ਸਾਡੀਆਂ ਮੈਡੀਸਮ ਦੇ ਵਿੱਚ ਯੂਜ਼ ਹੁੰਦੀਆਂ ਨੇ ਮਨੂੰ ਦੱਸੋ ਨਾ ਚਿੱਟਾ ਤਾਂ ਹੀ ਬੰਦ ਹੋਏਗਾ ਨਾ ਜੇ ਫੀਮ ਆਏਗੀ ਸਾਡੇ ਪੰਜਾਬ ਦੇ ਵਿੱਚ ਕੀ ਦਾਵਾ ਕਿਹੜੀ ਇਹ ਜੀ ਸਟੱਡੀ ਤੁਹਾਡੇ ਕੋਲ ਹੈ ਵੀ ਜੇਕਰ ਪੰਜਾਬ ਦੇ ਵਿੱਚ ਆਫੀਮ ਆ ਜੇ ਤਾਂ ਪੰਜਾਬ ਚ ਚਿੱਟਾ ਬੰਦ ਹੋ ਜਾਏਗਾ ਕਿਹੜੀ ਸਟੱਡੀ ਕਰਦੇ ਹੋ ਦੇਖੋ ਜਦੋਂ ਜਿਹੜੇ ਲੋਕਾਂ ਨੂੰ ਜਿਹੜਾ ਚਿੱਟਾ ਨੌਜਵਾਨ ਆ ਉਹ ਇੱਕ ਸਿੰਥੈਟਿਕ ਨਸ਼ਾ ਹੈ ਉਹ ਬਾਹਰੋਂ ਤਾਂ ਦਾ ਨਾ ਜਿਹੜੇ ਸੇਲ ਹੁੰਦਾ ਜੇ ਹੁਣ ਬੰਦੇ ਜਿਹੜੇ ਖਾਣ ਵਾਲੇ ਨੇ ਜਿਹੜੇ ਪੁਰਾਣੇ ਬਜ਼ੁਰਗਾਂ ਗਵਰਨਮੈਂਟ ਨੇ ਵੀ ਉਹਨਾਂ ਨੂੰ ਗੋਲੀਆਂ ਦਾ ਕੋਟਾ ਲਾਇਆ ਵਾ ਅਸੀਂ ਕਹਿੰਦੇ ਠੀਕ ਆ ਉਹਨਾਂ ਨੂੰ ਫੀਮ ਦੋ ਉਹਨਾਂ ਦੀ ਉਮਰ ਵਧੇਗੀ ਬਿਮਾਰੀਆਂ ਤੋਂ ਹੱਟ